ਹੁਣੇ ਮਿੱਤਰੋ ਕਦੂਰਾ ਦੇਣ ਦੀ ਤਿਆਰੀ ਚਾ ਫੁੱਲ ਤਿਆਰੀ ਚਾ ਗੇੜੇ ਕੱਢਦੀ ਆ ਹੁਣ ਦੇਖੇ ਦੇਖੇ ਹੁਣ ਜ਼ੋਰ ਲਾਉਂਦੀ ਆ ਇਹ ਇਹ ਦੇਤਾ ਸਮਝ ਲਓ ਇਹ ਜ਼ੋਰ ਲਾ ਰਹੀ ਆ ਜ਼ੋਰ ਲਾ ਰਹੀ ਆ ਜ਼ੋਰ ਲਾਉਂਦੀ ਆ ਲਾਉਂਦੀ ਆ ਲਾਉਂਦੀ ਆ ਦੇਖੋ 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 ਲੱਗ ਗਈ ਕੱਢਣ ਗੇੜੇ ਦੇਖੋ ਦੇਖੋ ਐਂ ਗੇੜੇ ਕੱਢ ਰਹੀ ਆ ਪੂਰੇ ਹੁਣ ਫਿਰ ਗੇੜਾ ਕੱਢੋ ਉੱਠ ਕੇ ਇਹਨੇ ਫਿਰ ਗੇੜਾ ਕੱਢ ਦੇਣਾ ਦੇਖਿਓ ਤੁਸੀਂ ਦੇਖਿਓ ਹੁਣ ਇਹ ਬੇਚੈਨ ਹੋ ਰਹੀ ਆ ਹੁਣ ਇਹਨੇ ਬੱਚਾ ਨਾ ਦੁਬਾਰੇ ਜਿਹੜਾ ਰਹਿੰਦਾ ਹਜੇ ਤਾਂ ਬੱਚੇ ਕਾਫੀ ਦੇਣੇ ਆ ਇਹਨੇ ਇਹਨੇ ਬੱਚਾ ਦੇਣਾ ਜਿਹੜਾ ਹੁਣ ਉਹਦੇ ਪਿੱਛੇ ਗੇੜੇ ਕੱਢੂ ਇਹ ਥੈਲੀ ਥੁੱਲੀ ਸਾਰੀ ਆਪ ਹੀ ਸਾਫ਼ ਕਰਦੀ ਆ ਫੀਮੇਲ ਇਹ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਸਾਫ਼ ਕਰੂ ਫਿਰ ਇਹ ਬੱਚੇ ਨੂੰ ਕਿੱਦਾਂ ਬੱਚੇ ਜਨਮ ਲਊਗਾ ਹੁਣ ਦੇਖੋ ਇਹ ਖੜੀ ਹੋਊਗੀ ਦੇਖਦੇ ਜਾਇਓ ਤੁਸੀਂ ਦੇਖੋ 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 ਹੁਣ ਇਹ ਅੱਜ ਵੀ ਚਾ ਪੂਰੀ ਚਾ ਦੇਖੋ ਦੇਖੋ ਵਿੱਚ ਲੋਕ ਨਾ ਇਹ 'ਚ ਬਈ ਗਲਤੀ ਕੀ ਕਰਦੇ ਆ ਜੋ ਕੁੱਤੀ ਸੂੰਦੀ ਆ ਨਾ ਬੱਚੇ ਅਲੱਗ ਡੱਬੇ 'ਚ ਪਾਉਣ ਲੱਗ ਜਾਂਦੇ ਆ ਉਹ ਚੀਜ਼ ਜਮ੍ਹਾਂ ਗਲਤ ਆ ਉਹ ਜਿਹਨੂੰ ਆਪਾਂ ਕਹਿੰਦੇ ਨਾ 100% ਗਲਤ ਤਾਂ ਉਹ ਗਲਤ ਆ ਉਹ ਬੱਚੇ ਡੱਬੇ 'ਚ ਪਈ ਮਰ ਜਾਂਦੇ ਆ ਵਿਚਾਰੇ ਉਹ ਬਹੁਤ ਪਾਪ ਲੈਂਦੇ ਆ ਲੋਕ ਜਦਕਿ ਕੁੱਤੀ ਚਾਹੇ ਸੂੰਦੀ ਆ ਚਾਹੇ ਸੂਹਟੀ ਬੱਚੇ ਹਮੇਸ਼ਾ ਕੁੱਤੀ ਦੇ ਥੱਲੇ ਹੋਣੇ ਚਾਹੀਦੇ ਨੇ ਇਹ ਬਸ ਤੁਸੀਂ ਲੜ ਬੰਨ ਲਓ ਗੱਲ ਵੀ ਬੱਚੇ ਕੁੱਤੀ ਦੇ ਥੱਲੇ ਹੀ ਰੱਖੋ ਹਮੇਸ਼ਾ ਵਾਸਤੇ ਕਦੇ ਵੀ ਸਾਈਡ 'ਤੇ ਨਾ ਕਰੋ ਬੱਚਿਆਂ ਨੂੰ ਜਦੋਂ ਬੱਚੇ ਤੁਸੀਂ ਸਾਈਡ 'ਤੇ ਕਰ ਦਿੰਦੇ ਹੋ ਡੱਬੇ 'ਚ ਪਾ ਕੇ ਰੱਖ ਦਿੰਦੇ ਹੋ ਬਾਈ ਬਹੁਤ ਬਰੀਡਰ ਵੀ ਕਰਦੇ ਆ ਬਾਈ ਇਹ ਜਦੋਂ ਬੱਚੇ ਸਾਈਡ 'ਤੇ ਕਰਤੇ ਕਹਿ ਲੋਕ ਕਹਿੰਦੇ ਆ ਵੀ ਕੁੱਤੀ ਸੂਈ ਤੋਂ ਬਾਅਦ ਬਾਈ ਬੱਚੇ ਨੇ ਸਾਂ ਹੀ ਕੁੱਤੀ ਦੇ ਥਣਾਂ 'ਚੋਂ ਲੈਣਾ ਜਿਹੜਾ ਸਾਂ ਇਹਨੂੰ ਬੱਚੇ ਨੂੰ ਕੁੱਤੀ ਦੇ ਥਣਾਂ 'ਚੋਂ ਆਉਣਾ ਅੰਦਰੋਂ ਇਹ 45 ਤੋਂ ਲੈ ਕੇ 50 ਡਿਗਰੀ ਟੈਂਪਰੇਚਰ 'ਚ ਬਾਹਰ ਆਉਂਦਾ ਜਿਹੜਾ ਬਾਹਰਲਾ ਮੌਸਮ ਆ ਉਹ 'ਚ ਸਰਵਾਈਵ ਕਰਨ ਨੂੰ 3 ਦਿਨ ਲੱਗ ਜਾਂਦੇ ਆ ਬੱਚੇ ਨੂੰ ਉਹਦੇ ਅਨੁਸਾਰ ਅਨੁਕੂਲ ਬਣਨ ਨੂੰ 3 ਦਿਨਾਂ ਦਾ ਟਾਈਮ ਚਾਹੀਦਾ ਹੁੰਦਾ ਬੱਚੇ ਨੂੰ 72 ਘੰਟੇ ਲੱਗ ਜਾਂਦੇ ਆ ਤਾਂ ਜਾ ਕੇ ਬੱਚਾ ਉਸ ਹਿਸਾਬ ਦੇ ਮੌਸਮ 'ਚ ਐਡਜਸਟਮੈਂਟ ਕਰ ਪਾਉਂਦਾ ਉਹ ਸਾਰੀ ਐਡਜਸਟਮੈਂਟ ਲਈ ਉਹਨੂੰ ਫੀਮੇਲ ਦੇ ਦੁੱਧਾਂ 'ਚੋਂ ਗਰਮੈਸ਼ ਜ਼ਿਆਦਾ ਹੁੰਦੀ ਆ ਦੁੱਧ ਵਾਲੇ ਥਾਵੇਂ ਦੁੱਧਾਂ 'ਤੇ ਫੀਮੇਲ ਦੇ ਮਿਲਕ ਪ੍ਰੋਡਿਊਸ ਹੁੰਦਾ ਜਿੱਥੋਂ ਉੱਥੇ ਮੂੰਹ ਰੱਖ ਕੇ ਪੈਂਦੇ ਆ ਉਹ ਦੇਖ ਬੱਚਾ ਹੁਣ ਵੀ ਉਹ ਵਿੱਚ ਵੜਿਆ ਪਿਆ ਦੁੱਧਾਂ ਦੇ ਥਣਾਂ ਦੇ ਜਿੰਨਾ ਚਿਰ ਇਹਦੇ ਥਣਾਂ ਦੇ ਵਿੱਚ ਨਹੀਂ ਹੋਊਗਾ ਉਨਾ ਚਿਰ ਇਹਨੂੰ ਸਾਹ ਨਹੀਂ ਸਹੀ ਆਊਗਾ ਇਹ ਮਾਂ ਦੀ ਗਰਮੈਸ਼ ਨਾਲ ਹੀ ਸਾਹ ਵਧੀਆ ਲੈਂਦਾ 3 ਦਿਨ 3 ਦਿਨਾਂ ਬਾਅਦ ਐਡਜਸਟਮੈਂਟ ਹੋ ਜਾਂਦੀ ਹੈ ਇਹਦੀ ਫਿਰ ਵੀ ਯਾਨੀ ਕਿ ਫੀਮੇਲ ਦੇ ਨੀਚੇ ਹੀ ਰੱਖਣਾ ਬੱਚਾ ਤੁਸੀਂ ਨੇ ਕਦੇ ਅਲੱਗ ਕਰਨੀ ਨਹੀਂ ਭੁੱਲੀ ਜਾਓ ਵੀ ਅਲੱਗ ਵੀ ਕਦੇ ਬੱਚਾ ਕਰੀ ਦਾ ਜਿਹੜਾ ਬੱਚਾ ਅਲੱਗ ਰਹੂਗਾ ਇੱਕ ਤਾਂ ਉਹ ਫਰੂ ਘੱਟ ਕਿਉਂਕਿ ਫੀਮੇਲ ਨੇ ਲੈਟਰੀਨ ਬਾਥਰੂਮ ਅਡਲਟ ਫੀਮੇਲ ਆ ਜਿਹੜੀ ਆਪਣੀ ਉਹਨੇ ਆਪ ਹੀ ਕਰਨੀ ਆ ਕੇਅਰ ਪੂਰੀ ਫੁੱਲ ਕੇਅਰ ਉਹਨੇ ਫੀਮੇਲ ਨੇ ਕਰਨੀ ਆ ਵਿੱਚ ਲੋਕ ਕਹਿੰਦੇ ਆ ਬਈ ਸਾਡੀ ਫੀਮੇਲ ਤਾਂ ਬੱਚੇ ਖਾ ਗਈ ਬਈ ਉਹ ਬਹੁਤ ਰੇਅਰ ਚਾਂਸ ਆ ਉਹ ਵੀ ਤਾਂ ਖਾਂਦੀ ਆ ਜਦੋਂ ਉਹਨੂੰ ਫੀਮੇਲ ਨੂੰ ਡਰ ਹੋ ਜੇ ਵੀ ਮੇਰੇ ਬੱਚਿਆਂ ਦਾ ਕੋਈ ਨੁਕਸਾਨ ਕਰੂਗਾ ਮੇਰੇ ਬੱਚੇ ਨੂੰ ਕੋਈ ਮਾਰੂਗਾ ਜਾਂ ਚੱਕ ਕੇ ਲੈ ਜੂਗਾ ਉਹ ਡਰ ਦੇ ਵਿੱਚ ਹੀ ਬੱਚਾ ਖਾਊਗੀ ਅਦਰਵਾਈਜ਼ ਕੋਈ ਫੀਮੇਲ ਨਹੀਂ ਜਿਹੜੀ ਆਪਦੀ ਬੱਚਾ ਖਾਊਗੀ ਮਾਂ ਦੀ ਮਮਤਾ ਤੋਂ ਉੱਪਰ ਕੋਈ ਚੀਜ਼ ਨਹੀਂ ਹੋਈ ਚਾਹੇ ਉਹ ਇਨਸਾਨ ਆ ਚਾਹੇ ਉਹ ਜਾਨਵਰ ਆ ਹੁਣ ਵਿੱਚ ਇਨਸਾਨ ਵੀ ਆਪਦੇ ਬੱਚਿਆਂ ਨੂੰ ਮਾਰ ਦਿੰਦੇ ਹੈਗੇ ਉਹੀ ਕੰਮ ਇਹਨਾਂ ਦਾ 100 'ਚੋਂ 1 ਕੇਸ ਆਉਂਦਾ ਸਾਹਮਣੇ ਉਹ ਵੀ ਜਦ ਫੀਮੇਲ ਨੂੰ ਇਹ ਡਰ ਹੋ ਜੇ ਵੀ ਸੇਫਟੀ ਨਾ ਮਹਿਸੂਸ ਕਰੇ ਫੀਮੇਲ ਆਪਦੀ ਸੁਰੱਖਿਆ ਨਾ ਮਹਿਸੂਸ ਕਰੇ ਤਾਂ ਉਹ ਕੇਸ ਹੁੰਦਾ ਹੈਗਾ ਅਦਰਵਾਈਜ਼ ਤਾਂ ਫੀਮੇਲ ਜਿੰਨੇ ਫੀਮੇਲ ਕੇਅਰ ਕਰ ਦੂ ਨਾ ਬੱਚਿਆਂ ਦੀ ਆਪਦਿਆਂ ਦੀ ਉਹਨਾਂ ਕੋਈ ਨਹੀਂ ਕਰਦਾ ਬਾਈ ਉਹਨਾਂ ਦਾ ਤੁਸੀਂ ਇਹ ਲਾ ਲਓ ਆਪਾਂ ਨਹੀਂ ਕਰ ਸਕਦੇ ਇਹਦੇ ਬੱਚਿਆਂ ਦੀ ਕੇਅਰ ਜਿੰਨੀ ਫੀਮੇਲ ਕਰੂ ਆਪਦੇ ਬੱਚਿਆਂ ਦੀ ਕੇਅਰ ਇਹ ਜ਼ਰੂਰੀ ਗੱਲ ਆ ਬਈ ਵੀ ਇਹ ਡੱਬੇ 'ਚ ਤਾਂ ਪਾਉਣੀ ਨਹੀਂ ਡੱਬੇ 'ਚ ਲਾ ਲਓ ਕਰੇਟ 'ਚ ਲਾ ਲਓ ਹਮੇਸ਼ਾ ਚਾਹੇ ਫੀਮੇਲ ਸੂ ਰਹੀ ਹੈ ਚਾਹੇ ਸੂਹਟੀ ਬੱਚਾ ਫੀਮੇਲ ਦੇ ਨੀਚੇ ਹੀ ਹੋਵੇ ਇਹ ਨਾ ਹੋਵੇ ਵੀ ਬੱਚਾ ਤੁਸੀਂ ਅਲੱਗ ਕਰ ਦਿਉ ਕਹਿ ਦਿਉ ਵੀ ਪੂਰੀ ਸੂ ਪਹਿਨ ਦਿਉ ਇਹ ਜੇ ਆ ਵੋ ਆ ਕਿਉਂਕਿ ਜਦੋਂ ਬੱਚਾ ਹੋ ਗਿਆ ਇਹਨੇ ਨਾਲ ਦੀ ਨਾਲ ਦੁੱਧ ਪੀਣਾ ਹੁੰਦਾ 5-4 ਮਿੰਟ ਦੇ ਅੰਦਰ ਅੰਦਰ ਹੁਣ ਉਹ ਥਣਾਂ 'ਤੇ ਲੱਗਿਆ ਪਿਆ ਆਪੀ ਦੁੱਧ ਪੀ ਜਾਂਦਾ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਉਹ ਦੇਖੋ ਕਿੱਥੇ ਪਿਆ ਉਹ ਹੁਣ ਆਪੀ ਦੁੱਧ ਪੀ ਜਾਂਦਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਫੀਮੇਲ ਜਦੋਂ ਪ੍ਰੈਗਨੈਂਟ ਹੁੰਦੀ ਹੈ ਨਾ 45 ਦਿਨਾਂ ਤੋਂ
ਇਹਨੂੰ ਦਵਾਈ ਪਾਉਣੀ ਸਟਾਰਟ ਕਰਦੇ ਹੁੰਦੇ ਆਪਾਂ। ਉਹ 'ਚ ਕੈਲਸ਼ੀਅਮ ਹੁੰਦਾ, ਸਾਰਕਾਫਰੋਲ ਪੈਟ ਹੁੰਦੀ ਆ, ਅਤੇ ਬਾਕੀ ਇਨਫੈਕਸ਼ਨ ਤੋਂ ਗੋਲੀਆਂ ਹੁੰਦੀਆਂ ਨੇ, ਤਾਂ ਜੋ ਫੀਮੇਲ ਜਿਹਦਾ ਪ੍ਰੋਪਰ ਬੈਲੈਂਸ ਬਣਿਆ ਰਹੇ ਡਾਇਟ ਦਾ। ਨਾਲ ਫੀਡ ਵੀ ਹੁੰਦੀ ਆ, ਫੂਡ ਹੋਰ ਵੀ ਹੁੰਦਾ, ਫੂਡ ਮਿਲਕ ਹੁੰਦਾ, ਸਾਰੀਆਂ ਚੀਜ਼ਾਂ ਗੁੱਡ ਹੁੰਦੀਆਂ ਨੇ। ਜਿੱਦਾਂ ਦਾ ਉਹਨੂੰ ਚਾਹੀਦਾ ਹੁੰਦਾ ਨਾ, ਉੱਦਾਂ ਦਾ ਉਹ ਹੋਣਾ ਚਾਹੀਦਾ ਹੈਗਾ, ਤਾਂ ਜੋ ਫੀਮੇਲ 'ਚ ਕੋਈ ਵੀਕਨੈਸ ਨਾ ਆਵੇ। ਜਿਹੜੀ ਸਾਰਕਾਫਰੋਲ ਪੈਟ ਆ, ਉਹ ਫੀਮੇਲ ਦਾ ਬਈ ਉਹ ਕਰਦੀ ਆ ਆਪਣਾ ਖੂਨ ਨਹੀਂ ਘਟਣ ਦਿੰਦੀ ਵਿੱਚ। ਫੀਮੇਲਾਂ ਪਤਾ ਕੀ ਹੁੰਦਾ, ਜਦੋਂ ਬੱਚੇ ਦੇ ਜਾਂਦੀਆਂ ਉਸ ਤੋਂ ਬਾਅਦ ਡਾਊਨ ਪੈ ਜਾਂਦੀਆਂ ਨੇ, ਬਿਲਕੁਲ ਡਾਊਨ ਹੋ ਜਾਂਦੀਆਂ ਨੇ। ਇਹ ਲਾ ਲਓ ਵੀ ਉਹਨਾਂ ਤੋਂ ਆਪਦਾ ਸਰੀਰ ਵੀ ਨਹੀਂ ਚੱਕਿਆ ਜਾਂਦਾ, ਇੰਨੀ ਵੀਕਨੈਸ ਆ ਜਾਂਦੀ ਆ। ਉਹ ਵੀਕਨੈਸ ਦਾ ਕਾਰਨ ਆ, ਪਹਿਲਾਂ ਡਾਇਟ ਨਹੀਂ ਸਹੀ ਰੱਖਦੇ ਆਪਾਂ। ਉਹ ਡਾਇਟ ਸਹੀ ਰੱਖਣ ਨੂੰ ਕੀ ਆ, ਇੱਕ ਕੈਲਸ਼ੀਅਮ ਆਸਟੋਬੈਟ, ਬਾਕੀ ਵਧੀਆ ਫੂਡ। ਠੀਕ ਹੈ ਜੀ, ਮੈਂ ਜਰਮਨ ਦਾ ਫੂਡ ਵਰਤਦਾ, ਬਿਨਰ ਪਲੱਸ ਜ਼ਿਆਦਾ ਮੈਂ ਉਹੀ ਵਰਤਦਾ, ਜਰਮਨ ਦਾ ਫੂਡ ਇੰਪੋਰਟ ਆ ਉਹ, ਆਪਣੇ ਇੱਧਰ ਲੋਕਲ ਬ੍ਰਾਂਡ ਨਹੀਂ ਹੈਗਾ। ਠੀਕ ਆ, ਗਰਮੀ 'ਚ ਵੀ ਮੈਂ ਉਹੀ ਵਰਤਦਾ, ਸਰਦੀ 'ਚ ਵੀ ਉਹਦੇ ਨਾਲ ਪੈਡਾਗਿਰੀ ਅਟੈਚ ਕਰ ਦਿੰਦਾ ਜਾਂ ਡਰੂਜ਼ ਦਾ ਫੂਡ ਅਟੈਚ ਕਰ ਦਿੰਦਾ, ਕਿਉਂਕਿ ਉਹ ਬਈ 9,000-10,000 ਦੇ ਨੀਅਰ ਅਬਾਊਟ ਆਉਂਦਾ ਹੈਗਾ 15 ਕਿਲੋ ਬੈਗ, ਅਤੇ ਵਿੱਚ ਉਹਦੇ ਡਰੂ ਜਿੱਦਾਂ 2 ਗੱਟੇ ਬਿਨਰ ਪਲੱਸ ਦੇ ਹੋ ਗਏ, 30 ਕਿਲੋ ਬਿਨਰ ਪਲੱਸ 'ਚ, 20 ਕਿਲੋ ਮੈਂ ਆਪਣੀ ਨੋਰਮਲ ਫੂਡ ਜਿਹੜਾ ਪੈਡਾਗਿਰੀ ਹੋਇਆ ਜਾਂ ਡਰੂਲਸ ਹੋਇਆ ਇਹ ਮਿਕਸ ਕਰ ਦਿੰਦਾ, ਨਾਲ ਤਾਂ ਖਰਚਾ ਠੀਕ ਰਹਿੰਦਾ, ਕੰਟਰੋਲ 'ਚ ਹੁੰਦਾ। ਬਾਕੀ ਨਾਲ ਇਹਨਾਂ ਨੂੰ ਬਈ ਰੋਟੀ ਵੀ ਪੱਕੀ ਦੇਣੀ ਆਪਾਂ ਘਰ ਬਣਾਉਂਦੇ ਆ, ਮੈਡਮ ਬਣਾ ਦਿੰਦੀ ਆਪਣੀ, ਮੇਰੀ ਮੈਡਮ ਨਾ ਰੋਟੀ ਲਾਉਂਦੀ ਆ ਰੋਜ਼ ਦੀ 170-180 ਰੋਟੀਆਂ ਡੋਗ ਦੀਆਂ, 170-180 ਰੋਟੀਆਂ ਸਾਰਿਆਂ ਨੂੰ ਵੰਡਵੀਆਂ, 3-3 ਬੋਡੀ ਵੇਟ ਦੇ ਹਿਸਾਬ 'ਤੇ ਪਾਉਣੇ ਹੈਗੇ ਡਾਇਟ ਸਾਰੀ ਇਹਨਾਂ ਦੀ। ਅਤੇ ਤਾਂਹੀਓ ਬਈ ਆਹ ਦੇਖ ਲਓ ਤੁਸੀਂ ਹੁਣ ਫੀਮੇਲ ਦਾ ਬੋਡੀ ਵੇਟ ਦੇਖ ਲਓ ਵੀ ਕਿੰਨਾ ਹੈਗਾ, ਅਤੇ ਬੱਚੇ ਵੀ ਤਾਂਹੀਓ ਹੈਲਦੀ ਆਉਂਦੇ ਆ, ਅਤੇ ਫੀਮੇਲ ਸੂਣ ਤੋਂ ਬਾਅਦ ਸੂਆ ਨਹੀਂ ਮੰਨਦੀ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਵੀ ਸਾਡੀ ਮੱਝ ਸੂਆ ਮੰਨ ਗਈ, ਫੀਮੇਲਾਂ ਦਾ ਵੀ ਹੁੰਦਾ। ਜੇ ਆਪਾਂ ਚੰਗੀ ਡਾਇਟ ਨਹੀਂ ਰੱਖਦੇ ਨਾ ਤਾਂ ਫੀਮੇਲ ਦੁੱਧ ਉਤਾਰੇ, ਨਾਲੇ ਫੀਮੇਲ ਵੀਕ ਹੋ ਕੇ ਆਪ ਵੀ ਡੇਂਜਰ ਜ਼ੋਨ 'ਚ ਜਾ ਵਗ ਜਾਂਦੀ ਆ, ਕ੍ਰਿਟੀਕਲ ਹੋ ਜਾਂਦੀ ਆ, ਮਤਲਬ ਵੀ ਤੁਸੀਂ ਇਹ ਮੰਨ ਲਓ ਵੀ ਖਤਰੇ 'ਚ ਵਗ ਜਾਂਦੀ ਆ ਫੀਮੇਲ। ਜੇ ਆਪਾਂ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰੀਏ ਤਾਂ ਫੀਮੇਲ ਉਹ 'ਚ ਵਗ ਜਾਂਦੀ ਆ ਇਹ। ਠੀਕ ਹੈ ਜੀ, ਬਾਕੀ ਹੋਏ ਬੱਚਾ ਇਹਨੇ ਦਿੱਤਾ ਨਹੀਂ, ਤੁਹਾਨੂੰ ਬੱਚਾ ਦਿਖਾਉਣਾ ਵੀ ਕਿੱਦਾਂ ਦਿੰਦੀ ਹੈ, ਕਿੱਦਾਂ ਸਾਫ਼ ਸਫਾਈ ਕਰਦੀ ਆ, ਉਹ ਇਹਨੂੰ ਦੇਣ ਦਿਓ ਫਿਰ ਤੁਹਾਨੂੰ ਦਿਖਾਉਣਾ ਮੈਂ।